विधानसभा हलका पट्टी के अधीन पेंदे पिंड दुगली विखे मामूली तकरार तो बाद नौजवान वालों पिंड के छप्पड़ विच छाल मार के अपनी जीवन लीला समाप्त करने का समाचार प्राप्त होया है। इस मौके मृतक बलविंदर सिंह पुत्र वसन सिंह पिंड दुबली के परिवारक मैंबरां ने जानकारी दिंदे होए दस्या कि मृतक बलविंदर सिंह पिंड ज्योति शाह के नजदीकी एक पट्ठे ते पथेर दा काम करदा सी। पट्ठे ते किसी व्यक्ति नाल मामूली तकरार हो गया, जिस तो बाद तनाव दे विच आके बलविंदर सिंह ने बीती रात करीब 10 बजे छप्पड़ विच छाल मार ली। जब इसका पता बलविंदर सिंह दे परिवारक मैंबरां नूं लगा तां उन्हां ने सारी सूचना थाना सदर पट्टी विखे दित्ती। मौके ते पहुंची पुलिस वालों लाश की भाल लई गोतेखोरां नूं मंगवा के लाश की भाल की जा रही है। इस संबंधी मौके ते पहुंचे सब इंस्पैक्टर निर्मल सिंह ने दस्या कि मृतक के परिवारक मैंबरां ने इतलाह दित्ती सी कि बलविंदर सिंह ने छप्पड़ विच छाल मार ली, जिस तों बाद उसकी लाश नूं 174 की कार्रवाई करते हुए लाश नूं पोस्टमार्टम लई सिविल हस्पताल पट्टी विखे भेज दिता गया है। ਪੱਠੇ ਦੇ ਕੰਮ ਕਰਦਾ ਹੈ ਜੋਤੀ ਸ਼ਾਲੇ ਪੱਠੇ ਦੇ ਤੇ ਉੱਥੇ ਕਿਤੇ ਲੜਕੇ ਆ ਝਗੜ ਕੇ ਨਾ ਉੱਥੇ ਗੁੱਸੇ ਰਾਜੀ ਹੋ ਕੇ ਤੇ ਆਣ ਕੇ ਤੇ ਬੇੜਾ ਦਲ ਨੇ ਛਾਲ ਮਾਰਤੀ ਹੈ ਤੇ ਆਣ ਕੇ ਮਰ ਗਿਆ। ਨਿੱਕੇ ਨਿੱਕੇ ਬੱਚੇ ਆ, ਦੋ ਗੁੱਡੀਆਂ, ਦੋ ਕਾਕੇ ਆ, ਘਰ ਦੀ ਆ, ਬਜ਼ੁਰਗ ਮਾਤਾ ਵਾ, ਉੱਥੇ ਪੱਠੇ ਦੇ ਲੜਿਆ ਝਗੜਿਆ ਤੇ ਉੱਥੇ ਹੀ ਕਿਤੇ ਨਾ ਝਗੜਾ ਆਇਆ ਸੀ। ਉੱਥੇ ਕਿਤੇ ਮੁਨਸ਼ੀ ਜਾਂ ਜ਼ਿਮੀਂਦਾਰ ਨਾ ਕਿ ਨਹੀਂ ਉਹਨਾਂ ਕਿਤੇ ਆਖਿਆ ਵਾ ਜਾ ਭਾਜਾ ਤੇਰੇ ਛਿੱਤਰ ਮਾਰਾਂਗੇ, ਉਹ ਜੇ ਉਹਨੂੰ ਬੱਚੇ ਨੇ ਜਵਾਨੀ ਆ ਤੇ ਤੈਨੂੰ ਇਹਨੂੰ ਭਾਜਾ ਨੇ ਚਿੱਤਰ ਤੇਰੇ ਮਾਰ ਕੇ ਭਜਾ ਦਾਂ ਤੈਨੂੰ, ਅਸੀਂ ਨਹੀਂ ਕੋਈ ਦੇਣਾ ਦੇਣਾ ਪੈਸੇ ਪੂਰੇ ਦਿਨੇ ਭਾਜਾ ਤੋਂ ਫਿਰ ਰੱਖਦੇ ਮਾਰੇ ਨੇ ਆਣ ਕੇ ਮੁੜ ਕੇ ਛਾਲ ਮਾਰਤੀ ਮਰ ਗਿਆ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ? ਅਸੀਂ ਤਾਂ ਉਹਨੇ ਵੀ ਜੋ ਸੱਚ ਹੋਣਾ ਚਾਹੀਦਾ, ਜੇ ਤਾਂ ਉਹਨਾਂ ਨੇ ਉਹਨਾਂ ਦੀ ਗਲਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਜੇ ਨਹੀਂ ਇਹ ਗਰੀਬ ਆਦਮੀ ਇਹਨਾਂ ਵਿਚਾਰਿਆਂ ਦਾ ਕੋਈ ਨਾ ਕੋਈ ਹੱਕ ਰੱਸੀ ਹੋਣੀ ਚਾਹੀਦੀ ਆ, ਗਲਤੀ ਇਹ ਆ ਜੀ। ਹਾਂਜੀ ਹਾਂਜੀ, ਸਾਨੂੰ ਇਤਲਾਹ ਮਿਲੀ ਕਿ ਇੱਕ ਵਿਅਕਤੀ ਜਿਹੜਾ ਵਾ ਉਹਦੀ ਪਿੰਡ ਦੁਬਲੀ ਛੱਪੜ ਦੇ ਵਿੱਚ ਡੁੱਬ ਕਾਰਨ ਮੌਤ ਹੋਈ ਆ। ਅਸੀਂ ਆਏ ਹਾਂ ਇੱਥੇ ਮੌਕੇ 'ਤੇ, ਸਾਰੇ ਹੀ ਜਾਇਜ਼ਾ ਲਿਆ ਵਾ। 174 ਦੀ ਕਾਰਵਾਈ ਜਿਹੜੀ ਆ ਉਹ ਅਮਲ ਵਿੱਚ ਲੈਂਦੀ ਜਾ ਰਹੀ ਹੈ ਜੀ। ਪੋਸਟਮਾਰਟਮ ਕਰਾ ਕੇ ਕਰਾਉਣ ਲਈ ਜਿਹੜੀ ਲਾਸ਼ ਜਿਹੜੀ ਉਹ ਸਰਕਾਰੀ ਹਸਪਤਾਲ ਪੱਟੀ ਭੇਜਤੀ ਹੈ। ਨਹੀਂ ਜੀ, ਇਹ ਕੋਈ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ, ਅਤੇ ਆਪਣੀ ਘਰਵਾਲੀ ਨਾਲ ਨਾਰਾਜ਼ ਹੋ ਕੇ ਆ ਗਿਆ ਸੀ ਉਹ, ਮਗਰ ਮਨਾਉਣ ਵਾਸਤੇ ਆਈ ਅਤੇ ਉਹਦਾ ਅਚਾਨਕ ਪੈਰ ਤਿਲਕ ਗਿਆ ਅਤੇ ਛੱਪੜ ਡੂੰਘਾ ਹੋਣ ਕਰਕੇ ਉਹ ਜਿਹੜਾ ਉਹ ਡੁੱਬ ਗਿਆ ਜੀ। ਅੱਜ ਉਹਦੀ ਡੈੱਡ ਬੋਡੀ ਅਸੀਂ ਕੱਢ ਲਈ, ਕੱਢ ਕੇ ਕਾਰਵਾਈ 174 ਦੀ ਅਮਲ 'ਚ ਲਿਆਂਦੀ ਜਾਂਦੀ ਆ, ਪੋਸਟਮਾਰਟਮ ਕਰਾਇਆ ਜਾਂਦਾ। ਤਰਨ ਤਾਰਨ ਤੋਂ ਹਰਜਿੰਦਰ ਗੱਬਰ, ਜੀਵੇ ਪੰਜਾਬ ਟੀਵੀ।